26 ਜਨਵਰੀ ਨੂੰ ਦਿੱਲੀ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ। ਇਸੇ ਟਰੈਕਟਰ ਪਰੇਡ ਦੇ ਲਈ ਸ੍ਰੀ ਮੁਕਤਸਰ ਸਾਹਿਬ ਤੋਂ ਜਥਾ ਰਵਾਨਾ ਕੀਤਾ ਗਿਆ। ਦੱਸ ਦਈਏ ਕਿ ਟਰੈਕਟਰ ਪਰੇਡ ਦੇ ਵਿੱਚ ਹਿੱਸਾ ਲੈਣ ਦੇ ਲਈ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਕਿਸਾਨ ਦਿੱਲੀ ਪਹੁੰਚ ਰਹੇ ਨੇ। ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਤੋਂ ਕਿਸਾਨਾਂ ਦਾ ਜਥਾ ਰਵਾਨਾ ਹੋਇਆ। ਇਸ ਜਥੇ ਦੇ ਵਿੱਚ 84 ਦੇ ਕਰੀਬ ਟਰੈਕਟਰ ਦਿੱਲੀ ਭੇਜੇ ਗਏ ਨੇ, ਜਦਕਿ ਜ਼ਿਲ੍ਹੇ 'ਚੋਂ ਹੋਰ ਵੀ ਵੱਖ ਵੱਖ ਜਥੇ ਦਿੱਲੀ ਦੇ ਵੱਲ ਕੂਚ ਕੀਤੇ ਨੇ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਹਨਾਂ ਨੇ ਕਿਹਾ ਕਿ ਟਰੈਕਟਰ ਪਰੇਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੋਣਗੇ ਅਤੇ ਇਸ ਕਿਸਾਨੀ ਸੰਘਰਸ਼ ਦੀ ਫਤਿਹ ਹੋਵੇਗੀ। ਮੇਰਾ ਨਾਮ ਮੁਖਤਿਆਰ ਸਿੰਘ, ਮੈਂ ਬਰੀ ਵਾਲੇ ਬਲਾਕ ਦਾ ਜਨਰਲ ਸਕੱਤਰ ਸਿੱਧੂਪੁਰ ਦਾ। ਮੈਂ ਤਾਂ ਮੋਦੀ ਸਰਕਾਰ ਨੂੰ 2 ਲੱਖ ਚੱਕੀ ਗੱਲ ਕਰਨੀ ਚਾਹੁੰਦਾ ਵੀ ਜੇ ਕੋਈ ਹੋਰ ਵੀ ਉਹਨੇ ਦਿਮਾਗ ਦੇ ਵਿੱਚ ਕਾਨੂੰਨ ਹੈਗੇ ਹੁਣ ਤਾਂ ਅਸੀਂ ਉੱਥੋਂ ਦੀਆਂ ਬਰੂਹਾਂ 'ਤੇ ਗਏ ਹੋਏ ਹਾਂ, ਹੋਰ ਵੀ ਹੈਗੇ ਉਹ ਵੀ ਬਣਾ ਲਓ, ਵਿੱਚੇ ਨਿਪਟੂਗਾ ਕੰਮ। ਜੇ ਕੋਈ ਹੋਰ ਵੀ ਉਹਨਾਂ ਕੋਲ ਕਾਨੂੰਨ ਹੈ ਬਣਾਉਣ ਵਾਲੇ ਸਾਡੇ ਖਿਲਾਫ਼ ਕਿਸਾਨਾਂ ਦੇ, ਉਹ ਬਣਾ ਲਓ, ਕਿਉਂਕਿ ਅਸੀਂ ਬੁੱਢੇ ਹੋ ਚੱਲੇ, ਸਾਨੂੰ ਦੁਬਾਰਾ ਨਹੀਂ ਜਾਇਆ ਜਾਣਾ। ਅਸੀਂ ਵੀ ਦੇਖ ਲਈਏ ਸਾਡੇ ਬੱਚਿਆਂ 'ਤੇ ਕਿੰਨੇ ਕੁ ਹੋਰ ਅੱਤਿਆਚਾਰ ਕਰਨਾ ਚਾਹੁੰਦੇ। ਕਾਨੂੰਨਾਂ ਬਾਰੇ ਕੀ ਕਹੋਗੇ, ਰੱਦ ਕਰਾਉਣ ਬਾਰੇ ਕਦੋਂ ਤੱਕ ਹੋ ਜਾਣਗੇ, ਕੀ ਲੱਗਦਾ ਕਰਾ ਕੇ ਮੁੜੋਗੇ? ਅਸੀਂ ਤਾਂ ਮੈਂ ਕਹਿਤਾ ਜੀ ਫਿਰ ਵੀ ਹੋਰ ਵੀ ਬਣਾ ਲਓ, ਵਿੱਚੇ ਉਹ ਸਮੇਟੇ ਜਾਣਗੇ, ਸਾਨੂੰ ਦੁਬਾਰਾ ਨਾ ਜਾਣਾ ਪਵੇ, ਅਸੀਂ ਦੇਖ ਲਈਏ। ਇਹ ਤਾਂ ਰੱਦ ਤਾਂ ਹੁਣੇ ਕਰਨੇ ਪੈਣੇ ਆ ਜੀ, ਉਹ ਤਾਂ ਜਦੋਂ ਸਾਡੇ ਯੋਧੇ ਇਹ ਗੱਲ ਕਰ ਰਹੇ ਹੈ ਵੀ ਜਾਂ ਕਰਾਂਗੇ ਜਾਂ ਮਰਾਂਗੇ, ਇਹ ਤਾਂ ਜੀ ਹੁਣ ਪਤਾ ਕੀ ਹੈ, ਇਹ ਤਾਂ ਮੱਸੇ ਰੰਗੜ ਹੋਣਿਆਂ ਨੂੰ ਵੀ ਲੰਘੇ, ਉਹ ਤਾਂ ਬਾਹਰ ਦੇ ਸੀ, ਅੰਗਰੇਜ਼ ਵੀ ਬਾਹਰ ਦੇ ਸੀ। ਮੈਂ ਤਾਂ ਜੋ ਸੁਣਦਾ ਰਿਹਾ ਉਹਦੇ ਬਜ਼ੁਰਗਾਂ ਤੋਂ ਜੋ ਸੁਣੀਆਂ, ਮੇਰੇ ਸਾਹਮਣੇ ਅੰਗਰੇਜ਼ ਚੰਗੇ ਸੀ।